ਮੇਰਾ ਨਾਮ ਮਨਮੀਤ ਸਿੰਘ ਹੈ ਜੀ। ਕਿਸ ਨਾਮ ਤੇ ਹੈ ਦੁਕਾਨ? ਮੀਤ ਗਾਨਾ ਉਸਦੇ ਮੇਰੇ ਨਾਮ ਦੇ ਜੀ ਸਾਰੇ, ਮੈਂ ਉਹਨਾਂ ਰਿਹਾ ਗਾਨਾ ਦਾ। ਅਤੇ ਸਰ ਮੈਂ ਅੱਜ 2 ਵਜੇ ਆਪਣੇ ਜ਼ਰੂਰੀ ਇੱਥੇ ਕੰਮ ਆਇਆ, ਕੋਈ ਪੇਪਰ ਚਾਹੀਦੇ, ਮੈਂ ਲੈਣ ਆਇਆ ਗਾਨਾ ਉਸਦੇ। ਅਤੇ ਵੇਖਿਆ ਵੀ ਥੱਲੇ ਆ ਸੰਨ ਲਾ ਗਏ ਅਤੇ ਮੇਰੀ ਦੁਕਾਨ 'ਚੋਂ ਚੋਰੀ ਕਰ ਗਏ ਰਾਤ ਚੋਰ, ਜਦਕਿ 10 ਮੀਟਰ ਦੀ ਦੂਰੀ 'ਤੇ ਮੇਰੇ ਪੁਲਿਸ ਦਾ ਨਾਕਾ ਚੌਂਕ ਹੈ ਮੇਨ, ਜਿਹੜਾ 24 ਘੰਟੇ ਹਾਈਟੈਕ ਨਾਕਾ ਰਹਿੰਦਾ ਇੱਥੇ। ਅਤੇ ਉਹ ਸਰ ਮੇਰੀ ਦੁਕਾਨ ਤੋਂ ਸਾਰਾ ਹਸਲਾ ਚੋਰੀ ਹੋ ਗਿਆ ਜੀ, ਪੁਲਿਸ ਦੀ ਲੱਗ ਗਈ ਨਾਕੇ 'ਤੇ ਲੱਗ ਗਈ ਕਰਦੇ। ਟੋਟਲ ਕਿੰਨੇ ਵੈਪਨ ਜਾਂ ਕੀ ਸਮਾਨ ਆ ਸਰ? ਮੇਰੇ 16-12 ਹੋਰ ਦੀਆਂ ਬੰਦੂਕਾਂ, 4 ਰਿਵਾਲਵਰ ਹੈ, 1 32 ਬੋਰ ਦਾ ਪਿਸਟਲ ਹੈ, 1 ਰਾਈਫਲ ਹੈ 30.06 ਦੀ ਜਿਹੜੀ ਚੋਰੀ ਕਰਕੇ ਲੈ ਗਏ ਸਰ। ਟੋਟਲ ਕਿੰਨਾ ਗਿਆ? 22 ਵੈਪਨ ਮੇਰੇ ਕੋਲ ਚੋਰੀ ਕਰਕੇ ਲੈ ਗਏ ਸਰ। ਕੀ ਕਹਿਣੇ ਚਾਹੁੰਦੇ ਪੰਜਾਬ ਸਰਕਾਰ ਨੂੰ? ਮੈਂ ਤਾਂ ਸਰ ਇਹ ਕਹਿੰਦਾ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਟਰੇਸ ਕਰਕੇ ਕੋਈ CCTV ਵੇਖ ਕੇ ਉਹਨਾਂ ਨੂੰ ਫੜਿਆ ਜਾਵੇ। ਸਰ ਵੇਖਣ 'ਚ ਜਿਸ ਤਰ੍ਹਾਂ ਤੁਸੀਂ ਕਹਿੰਦੇ 20-22 ਵੈਪਨ ਤੁਹਾਡੇ ਇੱਥੇ, ਲੋਕਾਂ ਦੇ ਤੁਹਾਡੇ ਆਪਣੇ ਸੀ? ਸਰ ਮੇਰੇ ਆਪਣੇ ਵੀ ਕੁਝ ਲੋਕਾਂ ਦੇ ਸੇਫ ਕਸਟਡੀ ਦੇ ਵੀ ਜਮ੍ਹਾਂ ਹੈ, ਜਿਹੜੇ ਲੋਕੀ ਬਾਹਰ ਜਾਂਦੇ ਫੋਰਨ ਜਾਂਦੇ ਜਮ੍ਹਾਂ ਕਰਾ ਕੇ ਜਾਂਦੇ, ਜਾਂ ਕੋਈ ਡੈਥ ਹੋ ਜਾਂਦੀ ਉਹਨਾਂ ਦੇ ਜਮ੍ਹਾਂ ਹੁੰਦੇ ਆ। ਕੀ ਨਾਮ ਆਪਣਾ? ਮੇਰਾ ਨਾਮ ਮਨਮੀਤ ਸਿੰਘ ਹੈ ਜੀ। ਇੱਥੇ ਕਾਫੀ ਵੈਪਨਸ ਜਿਹੜੇ ਹੈਗੇ ਉਹ ਮਿਸਿੰਗ ਪਾਏ ਗਏ, ਲੋਕਸ ਟੁੱਟੇ ਤੇ ਦੀਵਾਰ ਟੁੱਟੀ ਹੋਈ ਪਾਈ ਗਈ ਹੈ, ਤੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ, ਹੂ ਇਜ਼ ਇਨਵੋਲਵਡ, ਤੇ ਫਰਦਰ ਸੀਕ੍ਰੇਸੀ ਰੱਖਣਾ ਚਾਹਾਂਗੇ ਅਸੀਂ ਇਸ ਮੈਟਰ ਦੇ ਉੱਤੇ, ਤਾਂ ਕਿ ਕਿਸੇ ਨੂੰ ਹੋਰ ਜਿਹੜਾ ਅਨਵਾਰੰਟਿਡ ਲੋਕਾਂ ਨੂੰ ਉਹਨਾਂ ਵਿੱਚ ਪਤਾ ਲੱਗ ਜਾਵੇ ਤੇ ਕੋਈ ਭੱਜਣ ਦੀ ਕੋਸ਼ਿਸ਼ ਨਾ ਕਰੇ। ਉਹ ਹਲੇ ਸਰ ਕਾਉਂਟਿੰਗ ਚੱਲ ਰਹੀ, ਦੈਟ ਇਜ਼ ਅੰਡਰ ਗੋਇੰਗ, ਉਹੀ ਪ੍ਰੋਸੈਸ ਚੱਲ ਰਿਹਾ ਹਲੇ, ਅਸੀਂ ਸਾਰਾ ਕੁਛ ਉਹਨੀ ਜਸਟ ਪ੍ਰੀਲਿਮਨਰੀ ਇਨਕੁਆਇਰੀ ਕਰੀ ਸੀ ਕਿ ਕਿਵੇਂ ਹਾਊ ਇਜ਼ ਇਟ ਗੋਇੰਗ ਅਬਾਊਟ, ਕੀ ਹੋਇਆ, ਕੀ ਟੁੱਟਿਆ, ਅਸੀਂ ਸਿਰਫ ਉਹ ਚੀਜ਼ ਹਲੇ ਦੇਖੀ ਹੈ, ਅਸੀਂ ਫਿਰ ਆਪਣੀ ਫਰਦਰ ਕਲੂਜ਼ ਟੀਮ ਨੂੰ ਬੁਲਾ ਕੇ ਦੇਖ ਰਹੇ ਹਾਂ ਕਿ ਕਿਵੇਂ ਅੱਗੇ ਪ੍ਰੋਸੈਸ ਕਰ ਰਹੇ ਹਾਂ। ਹਾਂਜੀ, ਆਰਮਸ ਐਂਡ ਐਮੀਨੇਸ਼ਨ ਦੀ ਸ਼ੋਪ ਚੋਂ, ਹਾਂਜੀ, ਹਲੇ ਫਿਰ ਵੀ ਉਹਦਾ ਜਿਹੜਾ ਵੇਰਵਾ ਉਹ ਸਾਨੂੰ ਜਿਹੜੇ ਓਨਰ ਆ ਉਹ ਕੰਪਲੀਟਲੀ ਦੇਣਗੇ। ਉਹਦਾ ਇਹ ਹਲੇ ਕਲੀਅਰਲੀ ਆਪਾਂ ਨੂੰ ਪਤਾ ਨਹੀਂ ਹੈ, ਇਹ ਵੀ ਅੰਡਰ ਪ੍ਰੋਸੈਸ ਹੈ ਕਿਉਂਕਿ ਕਦੀ ਸ਼ੋਪ ਖੁੱਲਦੀ ਹੈ ਕਦੀ ਨਹੀਂ ਖੁੱਲਦੀ, ਤਾਂ ਉਹ ਚੀਜ਼ ਅਸੀਂ ਓਨਰ ਤੋਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। CCTV ਕੈਮਰੇ ਦਾ ਜਿਹੜਾ DVR ਆ ਉਹ ਸਾਨੂੰ ਹਲੇ ਰਿਕਵਰ ਨਹੀਂ ਹੋਇਆ, ਉਹ ਵੀ ਅੰਡਰ ਪ੍ਰੋਸੈਸ ਹੈ, ਜੋ ਵੀ ਜਦੋਂ ਮਿਲੇਗਾ ਅਸੀਂ ਤੁਹਾਨੂੰ। ਗਨ ਹਾਊਸ ਵਰਕਿੰਗ 'ਚ ਸੀਗਾ, ਹਾਂਜੀ, ਇਹਨਾਂ ਕੋਲ ਸੀਗਾ, ਮਤਲਬ ਜਦੋਂ ਵੀ ਆਉਂਦੇ ਸੀਗੇ ਕੋਈ ਹਫ਼ਤੇ ਪਹਿਲਾਂ ਆਏ ਆ, ਇਹਨਾਂ ਨੇ ਝਗੜਾ ਕੁਛ ਚੱਲ ਰਿਹਾ ਇਸ ਮੈਟਰ ਦੇ ਵਿੱਚ, ਤਾਂ ਹਲੇ ਚੀਜ਼ਾਂ ਕਲੀਅਰ ਹੋਣ ਦਿਓ, ਤਾਂ ਹਲੇ ਆਈ ਕਾਂਟ ਐਗਜੈਕਟਲੀ ਸੇ ਕਿਸੇ ਵੀ ਚੀਜ਼ ਦੇ ਉੱਤੇ।